ਮੈਂ ਨਰਿੰਦਰ ਸਿੰਘ ਸ਼ੇਰਗਿੱਲ, ਹਲਕਾ ਇੰਚਾਰਜ ਮੋਹਾਲੀ, ਪਰ ਜਿਹੜਾ ਮੈਂ ਵੋਟਰ ਹਾਂ ਮੈਂ ਖਰੜ ਹਲਕੇ ਦਾ, ਕਿਉਂਕਿ ਮੇਰਾ ਪਿੰਡ ਖਰੜ ਹਲਕੇ ਵਿੱਚ ਪੈਂਦਾ। ਅੱਜ ਦਾ ਜਿਹੜਾ ਮੁੱਖ ਮਕਸਦ ਹੈ ਸਾਡਾ, ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਸੰਘਰਸ਼ ਦੀ ਉਪਜ ਹੈ, ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਲਈ ਇਕੱਠੇ ਹੋਏ ਹਾਂ। ਕਿਉਂਕਿ ਇੱਕ ਸੱਚੀ ਸੁੱਚੀ ਸਾਫ਼ ਸੁਥਰੀ ਸੋਚ, ਜਿਹਦਾ ਕਿ ਤੁਸੀਂ ਦਿੱਲੀ ਵਿੱਚ ਵੇਖ ਹੀ ਲਿਆ ਕਿ ਐਜੂਕੇਸ਼ਨ ਦਾ ਸਿਸਟਮ, ਹੈਲਥ ਦਾ ਸਿਸਟਮ ਕਿੰਨੇ ਵਧੀਆ ਤਰੀਕੇ ਨਾਲ ਕੇਜਰੀਵਾਲ ਸਾਹਿਬ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਉਹ ਚਲਾ ਰਹੇ ਹਾਂ। ਅੱਜ ਦਾ ਜਿਹੜਾ ਮਕਸਦ ਆ, ਅੱਜ ਦਾ ਜਿਹੜਾ ਹਜ਼ਾਰਾਂ ਸੈਂਕੜੇ ਤਾਦਾਦ ਵਿੱਚ ਨੌਜਵਾਨ ਵੀਰ ਇੱਥੇ ਆਏ ਨੇ, ਸਾਡੀ ਆਮ ਆਦਮੀ ਪਾਰਟੀ ਦੇ ਸਮੁੱਚੇ ਵਲੰਟੀਅਰ ਅਹੁਦੇਦਾਰ ਇਸ ਮੀਟਿੰਗ ਵਿੱਚ ਪਹੁੰਚੇ ਨੇ। ਇਹ ਸਿਰਫ ਸੁਨੇਹਾ ਦੇਣਾ ਕਿ ਜੋ ਵੀ ਸਾਡੀ ਪਾਰਟੀ ਦੇ ਵਿੱਚ ਅੱਜ ਥੋੜ੍ਹਾ ਬਹੁਤਾ ਹਿਲਜੁਲ ਹੋ ਰਹੀ ਹੈ, ਇਹ ਸਮੁੱਚੇ ਵਲੰਟੀਅਰ, ਸਮੁੱਚੇ ਨੌਜਵਾਨ ਬੱਚੇ ਸਾਡੇ ਆਮ ਆਦਮੀ ਪਾਰਟੀ ਦੀ ਸੋਚ ਨਾਲ, ਕੇਜਰੀਵਾਲ ਸਾਹਿਬ ਦੀ ਸੋਚ ਨਾਲ ਖੜੇ ਨੇ। ਸ਼ੇਰਗਿੱਲ ਜੀ, ਦੇਖਣੇ ਮੈਂ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦੋ ਪਾਰਟਾਂ ਦੇ ਵਿੱਚ ਉਰੇ ਵੰਡਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਕਮਰ ਸੰਧੂ ਜੀ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੈ, ਦੂਸਰੇ ਪਾਸੇ ਤੁਸੀਂ ਹੋ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਛ ਬੰਦੇ ਜਿਹੜੇ ਹੈ ਅਲੱਗ ਹੋ ਰਹੇ ਹੈ ਆਮ ਆਦਮੀ ਪਾਰਟੀ ਤੋਂ? ਦੇਖੋ ਜੀ, ਜਿਹੜੀ ਲੋਕ ਇਨਸਾਫ਼ ਪਾਰਟੀ ਦੇ ਬਹਿਸ ਬ੍ਰਦਰਸ ਹੈ, ਉਹਨਾਂ ਦੀ ਇੱਕ RSS ਨਾਲ ਮਿਲ ਕੇ, BJP ਨਾਲ ਮਿਲ ਕੇ ਜਿਹੜੀ ਇੱਕ ਆਮ ਆਦਮੀ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਦੂਸਰਾ ਬਦਲ ਉੱਪਰ ਕੇ ਸਾਹਮਣੇ ਆ ਰਹੀ ਸੀ, ਉਹਨੂੰ ਖੋਰਾ ਲਾਉਣ ਲਈ ਇੱਕ ਨੈਸ਼ਨਲ ਲੈਵਲ ਤੇ ਇੱਕ ਗਿਣੀ ਮਿਤੀ ਸਾਜਿਸ਼ ਦੇ ਤਹਿਤ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਿਹੜੇ ਉਹ ਮਨਸੂਬੇ ਆ, ਉਹ ਭਾਵੇਂ ਸਾਡੀ ਪਾਰਟੀ ਦੇ ਵਿਚਲੇ ਲੀਡਰਾਂ ਦੇ ਹੋਣ, ਭਾਵੇਂ ਲੋਕ ਇਨਸਾਫ਼ ਪਾਰਟੀ ਦੇ ਹੋਣ, ਜਾਂ ਕਾਂਗਰਸ ਦੇ ਹੋਣ, ਜਾਂ RSS ਦੇ, ਜਾਂ BJP ਦੇ, ਉਹਦੇ ਵਿੱਚ ਅਸੀਂ ਉਹਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵਾਂਗੇ। ਕਿਉਂਕਿ ਸਾਡੇ ਦੇ ਨਾਲ ਸਮੁੱਚੇ ਵਿਦਿਆਰਥੀ, ਸਮੁੱਚੀ ਅਹੁਦੇਦਾਰ, ਸਮੁੱਚੇ ਵਲੰਟੀਅਰ, ਅੱਜ ਦੇਖੋ ਤੁਸੀਂ ਆਹ ਹੜ੍ਹ ਜਿਹੜਾ ਸਾਡੇ ਵਲੰਟੀਅਰ ਆਇਆ, ਇਸ ਗੱਲ ਦਾ ਸਬੂਤ ਹੈ ਵੀ ਜਿਹੜੀ ਕੋਈ ਵੀ ਕੋਸ਼ਿਸ਼ ਹੈ ਉਹਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਸਰ, ਇੱਕ ਦੇਖਣੇ ਮੈਂ ਆਇਆ, ਆਮ ਆਦਮੀ ਪਾਰਟੀ ਦੇ ਖਰੜ ਕੰਸਟੀਚੁਐਂਸੀ ਤੋਂ ਜਿੱਤੇ ਹੋਏ MLA ਕਮਰ ਸੰਧੂ ਜੀ ਨੇ ਬਠਿੰਡੇ ਜਾ ਕੇ ਸ਼ਕਤੀ ਪ੍ਰਦਰਸ਼ਨ ਕਰਿਆ, ਰੈਲੀ ਕਰੀ, ਬ੍ਰਦਰਾਂ ਦੇ ਨਾਲ ਹੱਥ ਮਿਲਾਇਆ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂ ਉਹਨੇ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਕੇ ਇਹੋ ਜਿਹਾ ਕੰਮ ਕਰਿਆ ਜੀ? ਇਹ ਸਿਰਫ ਅਹੁਦੇ ਦੀ ਗੱਲ ਹੈ ਜੀ, ਜਦੋਂ ਤੱਕ ਕੋਈ ਅਹੁਦਾ ਮਿਲ ਜੇ ਵੱਡਾ, ਕਿਉਂਕਿ ਤੁਸੀਂ ਕੱਲ ਦੇਖ ਹੀ ਲਿਆ ਸ਼ੋਭਿਆ ਜੀ ਨੂੰ ਇਹਨਾਂ ਨੇ ਆਪਦੇ ਮੂੰਹੋਂ ਕਿਹਾ ਵੀ ਤੁਸੀਂ ਮੈਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਦੇ ਦਿਓ, ਸੁਖਪਾਲ ਖਹਿਰਾ ਜੀ ਤਾਂ ਮੈਂ ਆਪੇ ਮਿਲਾ ਲੂੰਗਾ। ਇਹ ਸਿਰਫ ਕੁਰਸੀ ਦੀ ਭੁੱਖ ਹੈ, ਉਹ ਉਸ ਚੀਜ਼ ਨੂੰ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦੇਣਾ। ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦਿੱਲੀ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਹੈ। ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਅਸੀਂ ਬਿਲਕੁਲ ਪਾਰਟੀ ਨੂੰ ਦੋ ਫਾੜ ਨਹੀਂ ਹੋਣ ਦੇਵਾਂਗੇ। ਜੇਕਰ ਪਹਿਲੀ ਗੱਲ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਸਾਡੇ ਵੀਰ MLA ਸਾਹਿਬਾਨ ਆ, ਸਾਡੇ ਬੜੇ ਸਤਿਕਾਰਯੋਗ ਹੈ, ਖਹਿਰਾ ਸਾਹਿਬ ਵੀ ਬੜੇ ਸਤਿਕਾਰਯੋਗ ਹੈ, ਵੀ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਸਾਰੇ ਇਹ ਅਰਦਾਸ ਕਰਨ ਲਈ ਵੀ ਇਕੱਠੇ ਹੋਏ ਹਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਜਿਹੜੀ ਹੈ ਇਹਦੇ ਵਿੱਚ ਦੋ ਫਾੜ ਨਾ ਹੋਣ। ਕਿਉਂਕਿ ਭਗਵੰਤ ਮਾਨ ਜੀ ਸਾਡੀ ਪਾਰਟੀ ਦੇ ਜਿਹੜੇ ਸ਼ੇਰ ਆ, ਤੁਹਾਨੂੰ ਪਤਾ ਕੱਲ੍ਹ ਦੇ ਉਹਨਾਂ ਨੇ ਆਪਣਾ ਖੁੱਲ੍ਹ ਕੇ ਮੈਦਾਨ ਦੇ ਵਿੱਚ ਆ ਗਏ ਆ, ਤੇ ਮੈਨੂੰ ਲੱਗਦਾ ਵੀ ਜਲਦੀ ਉਹ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਭਗਵੰਤ ਮਾਨ ਜੀ ਤੇ ਖਹਿਰਾ ਸਾਹਿਬ ਮਿਲ ਕੇ ਕੱਢ ਲੈਣਗੇ। ਪਰ ਫਿਰ ਵੀ ਜੇਕਰ ਕੋਈ ਵੀ ਇਸ ਗੱਲ 'ਚ ਕੋਈ ਅੜਿੱਕਾ ਲੱਗਦਾ ਜਾਂ ਕੁਛ ਹੁੰਦਾ, ਅਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਨਾਲ ਖੜੇ ਹਾਂ, ਉਹਨਾਂ ਦੀ ਸੋਚ 'ਤੇ ਪਹਿਰਾ ਦੇਵਾਂਗੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸਾਡਾ ਖਰੜ ਹਲਕਾ ਉਹਦੀ ਅਗਵਾਈ ਦੇ ਵਿੱਚ ਕੰਮ ਕਰਦਾ ਹੈ। ਅਗਰ ਇਸ ਚੇਤਾਵਨੀ ਤੋਂ ਬਾਅਦ ਵੀ ਖਰੜ ਦੇ ਆਮ ਆਦਮੀ ਪਾਰਟੀ ਤੋਂ ਜਿੱਤੇ ਹੋਏ MLA ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਨਾ ਹਟੇ ਤਾਂ ਉਹਨਾਂ ਦਾ ਕੀ ਐਕਸ਼ਨ ਕਰਿਆ ਜਾਊਗਾ ਪਾਰਟੀ ਵੱਲੋਂ ਜੀ? ਦੇਖੋ, ਇਹ ਪਾਰਟੀ ਦਾ ਵੱਡਾ ਫੈਸਲਾ ਹੋਊਗਾ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਪਰ ਜਿਹੜੇ ਕਮਲ ਸੰਧੂ ਜੀ ਆ, ਉਹਨਾਂ ਨੇ ਨਿੱਜੀ ਤੌਰ ਤੇ ਕੱਲ ਮੇਰੇ ਬਾਰੇ ਕਿਹਾ ਵੀ ਮੈਂ ਤਾਂ ਪਾਰਟੀ ਨੂੰ ਦੱਸਦਾ ਸੀਗਾ ਵੀ ਇਹਨੇ ਮੋਹਾਲੀ ਤੋਂ ਜਿੱਤਣਾ ਨਹੀਂ। ਪਹਿਲਾਂ ਤਾਂ ਉਹਨਾਂ ਨੇ ਸਾਡਾ ਹੱਕ ਮਾਰਿਆ, ਅਸੀਂ
ਖੂਨ ਪਸੀਨਾ ਵਹਾ ਕੇ ਚਾਰ ਸਾਲ ਸਾਰੇ ਵਲੰਟੀਅਰ ਸਾਹਿਬਾਨ ਤੇ ਖੜੇ ਆ, ਦਰਜਾ ਬਦਰਜਾ ਹਰ ਇੱਕ ਵਲੰਟੀਅਰ ਨੇ ਮਿਹਨਤ ਕੀਤੀ। ਉਹਨੇ ਆ ਕੇ ਪੈਰਾਸ਼ੂਟ ਰਾਹੀਂ ਡਾਕਾ ਮਾਰਿਆ ਸਾਡੀ ਸੀਟ ਤੇ। ਸਾਡੇ ਵਿੱਚ ਪੰਜ ਸੱਤ ਤਾਂ ਜਿਹੜੇ ਸਾਰਿਆਂ ਵੱਲੋਂ ਸਿਲੈਕਟਡ ਸੀਗੇ, ਜਿਵੇਂ ਬਾਬਾ ਜੀ ਹੋ ਗਏ, ਬੰਟੀ ਜੀ ਹੋ ਗਏ, ਆਪਣੇ ਮਾਵੀ ਸਾਹਿਬ ਸੀਗੇ ਸਾਡੇ, ਤੇ ਮੈਂ ਵੀ ਸੀਗਾ ਇੱਕ ਵਿੱਚ, ਹਰੀਸ਼ ਕੌਸ਼ਲ ਜੀ। ਅਸੀਂ ਕਿਹਾ ਸੀਗਾ ਸਾਡੀ ਪਾਰਟੀ ਦੇ ਵਿੱਚੋਂ ਕਿਸੇ ਨੂੰ ਟਿਕਟ ਦੇ ਦਿਓ, ਭੈਣ ਜੀ ਨਹੀਂ ਹੋ ਗਏ ਬੜੇ ਸਤਿਕਾਰ ਹੋ ਗਏ, ਇਹਨਾਂ ਦੇ ਵਿੱਚੋਂ ਕਿਸੇ ਵੀ ਵਲੰਟੀਅਰ ਨੂੰ ਟਿਕਟ ਦੇ ਦਿਓ। ਪਰ ਇਹ ਕਮਰ ਸੰਧੂ ਨੇ ਆਪਣੀ ਉਸ ਟਾਈਮ ਇਹਦੀ ਪਾਰਟੀ ਦੇ ਵਿੱਚ ਪੁੱਛ ਪ੍ਰਤੀਤ ਸੀਗੀ, ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਾਡੇ ਸਾਰੇ ਵਲੰਟੀਅਰਾਂ ਦੇ ਹੱਕ ਤੇ ਡਾਕਾ ਮਾਰਿਆ। ਨਾ ਤਾਂ ਉਹਦੀ ਸਾਡੇ ਨਾਲ ਭਾਸ਼ਾ ਮਿਲਦੀ ਆ, ਨਾ ਉਹਦਾ ਪਹਿਰਾਵਾ ਮਿਲਦਾ, ਤੇ ਉਸ ਚੀਜ਼ ਦਾ ਉਹਨੂੰ ਸਬਕ ਹੈ ਜਿਹੜਾ ਉਹਨੇ ਮੈਨੂੰ ਕੱਲ੍ਹ ਕਿਹਾ ਤਾ ਮੀਡੀਆ ਦੇ ਵਿੱਚ, ਵੀ ਮੈਂ ਤਾਂ ਦੱਸਦਾ ਸੀਗਾ ਮੋਹਾਲੀ ਤੋਂ ਕਮਲ ਸੰਧੂ ਜਿਸ ਪਿੰਡ ਵਿੱਚ ਰਹਿੰਦਾ ਕੌਂਸਲ, ਉਹਦੇ ਵਿੱਚ ਉਹਨੂੰ 150 ਵੋਟ ਪਈ ਹੈ, 700-600 ਵੋਟ ਪਈ ਕਾਂਗਰਸ ਨੂੰ, 500 ਵੋਟ ਪਈ ਅਕਾਲੀ ਦਲ ਨੂੰ ਉਹਦੇ ਘਰ ਵਿੱਚ। ਮੇਰਾ ਪਿੰਡ ਝੰਗੜਾ ਕਲਾਂ ਜਿੱਥੇ ਮੈਂ ਇਹਨੂੰ 150 ਵੋਟ ਨਾਲ ਜਿਤਾ ਕੇ ਭੇਜਿਆ, ਇਹ ਸਾਡੀ ਫਿਰ ਵੀ ਪਾਰਟੀ ਪ੍ਰਤੀ ਸਹਿਰਤਾ, ਪਾਰਟੀ ਦੇ ਲਈ ਇਮਾਨਦਾਰੀ ਦਾ ਇੱਕ ਸਬੂਤ ਸੀਗਾ। ਹਾਂ, ਜੇ ਇਹਦੇ ਮਨ 'ਚ ਕੋਈ ਭੁਲੇਖਾ ਇਹ ਕੱਢ ਲਵੇ, ਹੁਣ ਅਸਤੀਫਾ ਦੇਵੇ, ਆਜ਼ਾਦ ਤੌਰ 'ਤੇ ਲੜੇ, ਜੇ ਵੀ ਜਮਾਨਤ ਨਾ ਜ਼ਬਤ ਕਰਾਤੀ ਤਾਂ ਸਾਨੂੰ ਆਮ ਆਦਮੀ ਦੇ ਵਲੰਟੀਅਰ ਨਾ ਜੀ, ਕਿਉਂਕਿ ਇਸ ਨੂੰ ਪਰੋਸਤੇ ਮਿਲ ਗਈ ਥਾਲੀ ਵਿੱਚ। ਸਾਡੇ ਵਿੱਚੋਂ 30-30 ਸਾਲ ਅਸੀਂ ਤੱਪੜ ਵਿਛਾਏ, 25-25 ਸਾਲ ਅਸੀਂ ਵਿਦਿਆਰਥੀ ਯੂਨੀਅਨ 'ਚ ਵੀ ਕੰਮ ਕੀਤਾ, ਅਸੀਂ ਪਾਰਟੀਆਂ ਵਿੱਚ ਵੀ ਕੰਮ ਕੀਤਾ, ਸਾਡੀ ਮਿਹਨਤ ਦਾ ਜਿਹੜਾ ਇਹਨੇ ਡਾਕਾ ਮਾਰਿਆ ਇਹ ਇੱਕ ਵਾਰ ਤਾਂ ਮਾਰ ਲਿਆ, ਹੁਣ ਅੱਗੇ ਤੋਂ ਏਦਾਂ ਦੀ ਕੋਈ ਵੀ ਘਟਨਾ ਜਿਹੜੀ ਪਾਰਟੀ ਦੇ ਵਿੱਚ ਨਹੀਂ ਘਟਣ ਦੇਵਾਂਗੇ। ਸ਼ੇਰ ਗਿੱਲੀ ਜੀ, ਅਗਰ ਤੁਹਾਨੂੰ ਖਰੜ ਕੰਸਟੀਚੁਐਂਸੀ ਦੀ ਕਮਾਨ ਸੰਭਾਲੀ ਜਾਂਦੀ ਹੈ, ਤੁਸੀਂ ਖਰੜ ਕੰਸਟੀਚੁਐਂਸੀ ਲਈ ਕੀ ਕਰੋਗੇ ਜੀ ਅਗਰ ਆਮ ਆਦਮੀ ਪਾਰਟੀ ਤੋਂ? ਅਸੀਂ ਇੱਕ ਵਲੰਟੀਅਰ ਦੇ ਤੌਰ ਤੇ ਜੇ ਮੈਨੂੰ ਪਾਰਟੀ ਡਿਊਟੀ ਲਾਊਗੀ, ਸਾਰਾ ਦਿਨ ਉੱਥੇ ਖੜ ਕੇ ਝਾੜੂ ਮਾਰੀ ਜਾ, ਮੈਂ ਝਾੜੂ ਮਾਰੀ ਜਾਵਾਂਗਾ। ਜੇ ਮੈਨੂੰ ਪਾਰਟੀ ਕਹੂਗੀ ਤੂੰ ਸਾਰਾ ਦਿਨ ਪਾਣੀ ਦੀ ਸੇਵਾ ਕਰ, ਅਸੀਂ ਪਾਣੀ ਦੀ ਸੇਵਾ ਕਰਾਂਗੇ, ਕਿਉਂਕਿ ਅਸੀਂ ਸਾਰੇ ਆਪਸ ਵਿੱਚ ਬਹੁਤ ਸਤਿਕਾਰਯੋਗ ਆ, ਸਾਡੇ ਵਿੱਚ ਕੋਈ ਵੱਡਾ ਛੋਟਾ ਨਹੀਂ। ਪਾਰਟੀ ਦੀ ਜਿਹੜੀ ਵੀ ਡਿਊਟੀ ਆਊਗੀ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ, ਅਸੀਂ ਉਹ ਤੇ ਹਮੇਸ਼ਾ ਪਹਿਰਾ ਦੇਵਾਂਗੇ। ਨਾ ਤਾਂ ਅਸੀਂ ਡਰਨ ਵਾਲੇ ਹਾਂ ਕਿਸੇ ਤੋਂ, ਨਾ ਇਹਨਾਂ ਦੇ ਡਰਾਵਿਆਂ 'ਚ ਆਉਣਾ, ਨਾ ਅਸੀਂ ਬਹਿਕਾਵਿਆਂ 'ਚ ਆਉਣਾ। ਅਸੀਂ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ, ਮਨੀਸ਼ ਸ਼ੋਭੀਆ ਜੀ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਹੈ, ਸੰਜੇ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ, ਦੁਰਗੇਸ਼ ਪਾਠਕ ਜੀ ਸਾਡੇ ਬੜੇ ਸਤਿਕਾਰਯੋਗ ਲੀਡਰ ਹੈ, ਅਸੀਂ ਹਮੇਸ਼ਾ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਦੇ ਰਹਾਂਗੇ। ਖਰੜ ਦੇ ਵਿੱਚ 2 ਪ੍ਰੈਸ ਕਾਨਫਰੰਸਾਂ ਹੋ ਰਹੀਆਂ, ਜਿਹੜੀ ਆਮ ਆਦਮੀ ਪਾਰਟੀ ਦੇਖੀ ਜਾ ਰਹੀ ਹੈ, 2 ਧੜਿਆਂ ਦੇ ਵਿੱਚ ਵੰਡਦੀ ਨਜ਼ਰ ਆ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ? ਕਿਉਂ ਆਮ ਆਦਮੀ ਪਾਰਟੀ 2 ਪਾਰਟੀਆਂ ਬਣਾਉਣ ਦੇ ਵਿੱਚ? ਮੇਰੇ ਵੀਰ, ਮੇਰੀ ਤੁਸੀਂ ਜਿਹੜੀ ਤਕਰੀਰ ਇਹ ਵੀ ਸੁਣੀ ਆ, ਤੁਹਾਨੂੰ ਲੱਗਦਾ ਵਾ ਵੀ ਮੈਂ ਕੋਈ 2 ਹਿੱਸਿਆਂ 'ਚ ਵੰਡਣ ਦੀ ਗੱਲ ਕੀਤੀ ਆ? ਮੈਂ ਤੇ ਆਪਣੀ ਐਡਰੈਸ ਦੇ ਵਿੱਚ ਵੀ, ਸਪੀਚ ਦੇ ਵਿੱਚ ਵੀ ਇਹੋ ਹੀ ਅਪੀਲ ਕੀਤੀ ਆ, ਸਾਰੇ ਇਕੱਠੇ ਹੋਈਏ, ਪਰ ਕੁਝ ਮਸਲੇ ਆ ਉਹਨਾਂ 'ਤੇ ਅਸੀਂ ਕੰਪਰੋਮਾਈਜ਼ ਨਹੀਂ ਹੁਣ ਕਰ ਸਕਦੇ। ਕਿ ਪਿਛਲੇ 1.5 ਸਾਲ 1.5 ਸਾਲ ਤੋਂ ਅਸੀਂ ਕੰਪਰੋਮਾਈਜ਼ ਕਰਦੇ ਹਾਂ, ਜਿਹੜਾ ਸਾਨੂੰ ਨੁਕਸਾਨ ਹੋਇਆ, ਸਿਰਫ ਸਾਨੂੰ ਨੁਕਸਾਨ ਨਹੀਂ ਹੋਇਆ, ਪਾਰਟੀ ਨੂੰ ਨੁਕਸਾਨ ਹੋਇਆ ਵਾ, ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਇਆ ਵਾ। ਇੱਕ ਇਲੈਕਸ਼ਨ ਜਿੱਤੀ ਹੋਈ ਇਲੈਕਸ਼ਨ ਅਸੀਂ ਹਾਰ ਕੇ, ਕਿਉਂ? ਕਿਉਂਕਿ ਸਾਡੀਆਂ ਗਲਤੀਆਂ ਸੀਗੀਆਂ। ਸੋ ਉਹ ਗਲਤੀਆਂ ਕਰਕੇ ਉਸ ਤੋਂ ਬਾਅਦ ਗ੍ਰਾਫ ਹੋਰ ਡਾਊਨ ਹੁੰਦਾ ਰਹੇਗਾ। ਸੋ ਅੱਜ ਅਸੀਂ ਕੀ ਕਰ ਰਹੇ ਹਾਂ? ਅਸੀਂ ਇਹੋ ਹੀ ਕਰ ਰਹੇ ਹਾਂ ਵੀ ਹੋਰ ਆਪਾਂ ਥੱਲੇ ਨਾ ਜਾਈਏ, ਉਹਦੇ ਕਰਕੇ ਅਸੀਂ ਸਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਕਰ ਰਹੇ ਹਾਂ। ਅਸੀਂ ਕੋਈ ਗਲਤ ਫੈਸਲੇ ਸੀ ਉਹਨਾਂ ਦਾ ਵਿਰੋਧ ਕੀਤਾ, ਇਹਦੇ ਵਿੱਚ ਜੇ ਕੋਈ ਹੋਰ ਬੰਦਾ ਕੋਈ ਹੋਰ ਫੰਕਸ਼ਨ ਕਰਨਾ ਚਾਹੁੰਦਾ ਵਾ ਤੇ ਜੀ ਸਦਕੇ ਉਹਨਾਂ ਦੀ ਮਰਜ਼ੀ, ਉਹਨਾਂ ਦੀ ਮਰਜ਼ੀ। ਸਰ, ਪਾਰਟੀ ਦੇ ਕੁਛ ਵਲੰਟੀਅਰ ਆ, ਕੁਛ ਮੋਤਰ ਬੰਦੇ ਆ, ਉਹ ਕਹਿ ਰਹੇ ਆ ਕਿ ਪਾਰਟੀ ਤੋਂ ਬਾਹਰ ਜਾ ਕੇ ਤੁਸੀਂ ਜਿਹੜੀ ਹੈ ਇੱਕ ਪਾਰਟੀ ਹੋਰ ਤਿਆਰ ਕਰ ਰਹੇ ਹੋ ਖਹਿਰਾ ਸਾਹਿਬ ਨਾਲ ਜਾ ਕੇ, ਜੀ ਕੀ ਕਹਿਣਾ ਚਾਹੁੰਦੇ? ਮੈਂ ਆਪਣੇ ਸਪੀਚ ਦੇ ਵਿੱਚ ਹੀ ਕਿਹਾ, ਔਰ ਮੈਂ ਫਿਰ ਕਹਿਣਾ ਚਾਹੁੰਦਾ ਵਾਂ, ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਹਾਂ, ਮੈਂਬਰ ਰਹਾਂਗੇ, ਔਰ ਅਸੀਂ ਇਸ ਪਾਰਟੀ ਨੂੰ ਸਟਰੈਂਥਨ ਕਰਨਾ। ਪਾਰਟੀ ਦੇ ਜੈਸਾ ਤਾਂ ਰਿਹਾ ਹੀ ਕੱਖ ਨਹੀਂ, 1900 ਵੋਟਾਂ ਪਈਆਂ ਸ਼ਾਹਕੋਟ ਦੇ ਵਿੱਚ, ਅਸੀਂ ਕਿਹਨੂੰ ਬਰਬਾਦ ਕਰ ਰਹੇ ਹਾਂ? ਅਸੀਂ
1900 ਵੋਟਾਂ ਤੋਂ ਬਾਅਦ ਤੁਸੀਂ ਅਗਲੀ ਇਲੈਕਸ਼ਨ ਵੇਖ ਰਹੇ ਹੋ, ਜੇ ਸਾਨੂੰ ਸਾਡੇ ਹੱਥ ਦੇ ਵਿੱਚ ਖੁਦਮੁਖਤਿਆਰੇ ਆ ਵੀ ਅਸੀਂ ਸਟਰਕਚਰ ਬਣਾ ਲਈਏ ਕਿ 1900 ਤੋਂ ਘੱਟ ਮਿਲੂਗੀ, ਤੇ ਤਦ ਤੁਸੀਂ ਕਹੋਗੇ ਨਾ ਤੁਸੀਂ ਬਰਬਾਦ ਕਰ ਰਹੇ ਜੇ। ਹੁਣ ਜੋ ਹੋ ਰਿਹਾ ਵਾ ਉਹਦੇ ਪਾਰਟੀ ਦਾ ਹੈ ਹੀ ਕੱਖ ਨਹੀਂ ਗਾ, ਢਾਂਚਾ ਹੀ ਹੈ ਨਹੀਂ, 60 ਹਲਕਿਆਂ 'ਚ ਬੰਦੇ ਨਹੀਂ ਲੱਗੇ ਹਜੇ ਤੱਕ। ਸਰ ਅਸੀਂ ਕਿਹੜੇ ਢਾਂਚੇ ਨੂੰ ਹਾਈਜੈਕ ਕਰ ਰਹੇ ਹਾਂ, ਅਸੀਂ ਤੇ ਢਾਂਚੇ ਨੂੰ ਸਟਰੈਂਥਨ ਕਰ ਰਹੇ ਹਾਂ। ਸਰ ਹੋ ਰਹੀ ਹੈ ਵੀ ਸ਼ਾਇਦ ਤੁਹਾਡੇ ਤੇ ਐਕਸ਼ਨ ਵੀ ਲਿਆ ਜਾਊਗਾ, ਇਲੈਕਸ਼ਨ ਐਕਸ਼ਨ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ, ਇਲੈਕਸ਼ਨ ਐਕਸ਼ਨ ਕਿਸੇ ਨੇ ਲੈਣਾ ਵਾ, ਔਰ ਜੇ ਸਾਡੇ ਤੇ ਇਲੈਕਸ਼ਨ ਲਿਆ ਜਾਊਗਾ ਤੇ ਅਸੀਂ ਇਹੋ ਹੀ ਐਕਸ਼ਨ ਲਿਆ ਜਾਊ, ਤੇ ਅਸੀਂ ਇਹੀ ਕਹਾਂਗੇ ਨਾ ਜੋ ਸਾਡੇ ਫੈਸਲੇ ਸੀ ਉਹ ਸਹੀ ਹੈ, ਅਸੀਂ ਜਵਾਬ ਦੇਵਾਂਗੇ ਜੇ ਸਾਨੂੰ ਜਵਾਬ ਮੰਗਣਗੇ, ਤੇ ਜਵਾਬ ਮੰਗਣਗੇ ਜਵਾਬ ਦੇਣਗੇ, ਜੇ ਉਹ ਤੋਂ ਹੋਰ ਕੋਈ ਸਖ਼ਤ ਐਕਸ਼ਨ ਹੋਊਗਾ ਉਹ ਫਿਰ ਲੋਕੀ ਫੈਸਲਾ ਕਰਨਗੇ ਵੀ ਇਹ ਸਹੀ ਆ ਕਿ ਗਲਤ ਆ, ਅਸੀਂ ਉਹਦੇ ਤੇ ਕੀ ਕਹਿ ਸਕਦੇ। ਸਰ ਤੁਸੀਂ ਕਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਹਾਂ, ਅਸੀਂ ਇਕੱਠੇ ਹਾਂ, ਅਗਰ ਤੁਸੀਂ ਇਕੱਠੇ ਹੋ ਤਾਂ ਅੱਜ ਆਮ ਆਦਮੀ ਪਾਰਟੀ ਦੀਆਂ ਉਰੇ 2 ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਅੱਜ ਆਪਣੇ ਇਸ ਮੀਟਿੰਗ ਦੇ ਵਿੱਚ, ਤੁਸੀਂ ਜੇ ਦੋਵੇਂ ਅਟੈਂਡ ਕੀਤੀਆਂ ਵਾ ਤੇ ਦੋਵਾਂ ਦੇ ਵਿੱਚ ਫਰਕ ਆਪੇ ਵੇਖ ਲਓ, ਇੱਥੇ ਖੁੱਲਾ ਸੱਦਾ ਸੀਗਾ, ਜਿਹੜਾ ਮਰਜ਼ੀ ਕੋਈ ਸਵਾਲ ਪੁੱਛ ਲਏ, ਇਸੇ ਇਹ ਸਾਰੀ ਇਕੱਠ ਨੂੰ ਉੱਥੇ ਲੈ ਜਾਓ ਔਰ ਉੱਥੇ ਉਹ ਆਫਰ ਕਰ ਦੇਣ ਵੀ ਆਪਣੇ ਜੋ ਮਰਜ਼ੀ ਸਵਾਲ ਪੁੱਛ ਲਓ, ਵੇਖ ਲਓ ਤੁਸੀਂ। ਖੁੱਲੀ ਕਿਤਾਬ ਆ, ਤੁਹਾਨੂੰ ਲੱਗਦਾ ਨੀ ਖਰੜ 'ਚ ਦੋ ਜਗ੍ਹਾ ਵੱਟ ਚੁੱਕੇ ਆ ਜੀ? ਨਹੀਂ ਵੰਡ ਨਹੀਂ ਚੁੱਕੇ, ਇਹ ਵੰਡਣ ਦੀ ਕੋਸ਼ਿਸ਼ ਹੈ, ਖਰੜ ਦੇ ਵਿੱਚ ਕੋਈ ਨਹੀਂ ਵੰਡ ਚੁੱਕਾ, ਅਸੀਂ ਆਪਣੇ ਹਲਕਿਆਂ ਦੇ ਵਿੱਚ ਅਸੀਂ ਢਾਂਚਾ ਬਣਾਇਆ ਵਾ, ਆਪਣੇ ਬਲਾਕਾਂ ਦੇ ਵਿੱਚ ਸਾਡਾ ਢਾਂਚਾ ਫੰਕਸ਼ਨਲ ਆ, ਅਸੀਂ ਐਮ ਸੀ ਦੀਆਂ ਮੀਟਿੰਗ ਅਟੈਂਡ ਕਰਦੇ ਹਾਂ ਔਰ ਲੋਕਾਂ ਦੇ ਅਸੀਂ ਹਰ ਇੱਥੇ ਹਰ ਹਫ਼ਤੇ ਆ ਕੇ ਇੱਥੇ ਮਸਲੇ ਉਹਨਾਂ ਦੇ ਮਸਲਿਆਂ ਨੂੰ ਸੁਣਦੇ ਹਾਂ, ਮਾਜਰੀ ਦੇ ਸੈਪਰੇਟਲੀ ਅਸੀਂ ਮੀਟਿੰਗ ਕਰਦੇ ਹਾਂ। ਕਹਿਣ ਦਾ ਭਾਵ ਇਹ ਆ ਕਿ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਹਾਂ, ਜੇ ਹੁਣ ਕੋਈ ਅੱਜ ਕੋਈ ਵੱਖਰੀ ਮੀਟਿੰਗ ਕਰਨਾ ਚਾਹੇ ਤਾਂ ਉਹਨੂੰ ਉਹ ਸਾਡੇ ਤੋਂ ਇਲਜ਼ਾਮ ਕਿਉਂ ਲੱਗਣਾ ਫਿਰ? ਸਰ ਸਾਫ ਇਹ ਲਗਾ ਰਹੇ ਹਾਂ ਕਿ ਤੁਸੀਂ ਪਾਰਟੀ ਤੋਂ ਬਾਹਰ ਹੋ ਕੇ ਗਤੀਵਿਧੀਆਂ ਨੂੰ ਵਧਾਵਾ ਦੇ ਰਹੇ ਹੋ ਜੀ, ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਗਾਇਆ ਜੀ। ਇਲਜ਼ਾਮ ਕੋਈ ਮਰਜ਼ੀ ਲਾਈ ਜਾਵੇ, ਆ ਸਾਰੇ ਸੱਜਣ ਇੱਥੇ ਹੈਗੇ, ਇਹਨਾਂ ਤੋਂ ਵਿਚਾਰ ਲੈ ਲਓ, ਇਹਨਾਂ ਤੋਂ MLA ਆ ਇਲਾਕੇ ਦਾ, ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਮੈਨੂੰ ਚੁਣਿਆ ਵਾ, ਔਰ ਅਸੀਂ ਆਪਣੇ ਜਿੰਨਾ ਕਿ ਸਾਡੀ ਕਾਬਲੀਅਤ ਉਹਦੇ ਹਿਸਾਬ ਨਾਲ ਅਸੀਂ ਇੱਥੇ ਕੰਮ ਕਰ ਰਹੇ ਹਾਂ ਔਰ ਲੋਕਾਂ ਨੂੰ ਅਸੀਂ ਆਪਣੇ ਕੰਮ ਬਾਰੇ ਲਗਾਤਾਰ ਦੱਸਦੇ ਰਹਿੰਦੇ ਅਸੀਂ ਕੀ ਕਰ ਰਹੇ ਹਾਂ। ਅੱਜ ਸੰਤਾ ਮਾਜਰਾ ਔਰ ਦੂਸਰਾ ਪਿੰਡ ਕਿਹੜਾ ਸੀ ਜਤਿੰਦਰ? ਖੁਨੀ ਮਾਜਰਾ ਦੇ ਵਿੱਚ ਸਾਡੇ 2 ਸਮਾਰਟ ਸਕੂਲ ਪ੍ਰੋਜੈਕਟ ਚੱਲੇ ਆ ਅੱਜ, ਹਾਂਜੀ ਭਾਗੋ ਮਾਜਰਾ ਖਾਨਪੁਰ, ਅੱਜ ਅਸੀਂ ਆ ਸਾਰੇ ਵਿੱਚ ਵੀ ਆਪਣਾ ਕੰਮ ਕਰ ਰਹੇ ਹਾਂ। ਤੇ ਸਰ ਤੁਸੀਂ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਨਾਲ ਰਹਿ ਕੇ ਕੰਮ ਕਰ ਰਹੇ ਹੋ ਜੀ ਕਿਆ ਪੰਜਾਬ ਦੇ ਵਿੱਚ? ਬਿਲਕੁਲ, ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਆਮ ਆਦਮੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੇ ਹਾਂ। ਮੈਂ ਇਲਾਕੇ ਦਾ ਵਿਧਾਇਕ ਆ, ਆ ਸਾਰੇ ਸ਼ਖਸ ਜਿਹੜੇ ਆ ਇਹ ਮੇਰੀ ਟੀਮ ਦੇ ਪਾਰਟੀ ਦੇ ਮੈਂਬਰ ਆ, ਟੀਮ ਦੇ ਮੈਂਬਰ ਆ, ਤੇ ਅਸੀਂ ਜੇ ਕੰਮ ਕਰ ਰਹੇ ਹਾਂ ਤੇ ਉਹ ਆਮ ਆਦਮੀ ਪਾਰਟੀ ਵਾਸਤੇ ਔਰ ਲੋਕਾਂ ਵਾਸਤੇ ਕਰ ਰਹੇ ਹਾਂ। ਇਹ ਵਿਰੋਧ ਲੱਗ ਰਹੇ ਹੈ ਤੁਹਾਡੇ ਤੇ, ਇਲਜ਼ਾਮ ਲੱਗ ਰਹੇ ਹੈ, ਕਿਉਂ ਲੱਗ ਰਹੇ ਹੈ, ਕਿਆ ਕਾਰਨ ਹੈ ਜੀ ਇਹਨਾਂ ਦਾ? ਇਲਜ਼ਾਮ ਜਿਹੜੇ ਲੱਗ ਰਹੇ ਆ ਉਹਨਾਂ ਦਾ ਜਵਾਬ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ ਲੋਕੀ ਆਪੇ ਹੀ ਦੇ ਰਹੇ। ਕੱਲ ਮਾਨ ਜੀ ਨੇ ਕੁਝ ਮੇਰੇ ਬਾਰੇ ਗੱਲਾਂ ਕਹੀਆਂ, ਸੁਖਪਾਲ ਖਹਿਰਾ ਬਾਰੇ ਗੱਲਾਂ ਕਹੀਆਂ, ਲੋਕਾਂ ਨੇ ਆਪੇ ਜਵਾਬ ਦਿੱਤਾ, ਸਾਨੂੰ ਅੱਜ ਜਵਾਬ ਦੇਣ ਦੀ ਲੋੜ ਹੀ ਨਹੀਂ ਪਈ। ਸਰ ਜੇ ਕੋਈ ਕਮੈਂਟ ਉੱਥੇ ਜਾ ਕੇ, ਸਰ ਜੇ ਕੋਈ ਐਕਸ਼ਨ ਹੁੰਦਾ ਤੇ ਕਿ ਆਮ ਆਦਮੀ ਪਾਰਟੀ ਨਵੀਂ ਪਾਰਟੀ ਬਣੇਗੀ? ਨਹੀਂ, ਅਸੀਂ ਇਹਦੇ ਬਾਰੇ ਸੋਚਿਆ ਹੀ ਨਹੀਂ, ਸਾਨੂੰ ਲੱਗਦਾ ਹੀ ਨਹੀਂ ਵੀ ਐਕਸ਼ਨ ਹੋਊਗਾ। ਐਕਸ਼ਨ ਕਾਹਦੇ ਪਿਆ? ਜੋ ਤੁਸੀਂ ਮੈਨੂੰ ਸੁਣਿਆ ਵਾ ਤੇ ਕੀ ਐਕਸ਼ਨ ਹੋਊਗਾ ਇੱਥੇ? ਕੀ ਐਕਸ਼ਨ ਹੋਊਗਾ? ਔਰ ਜੇ ਐਕਸ਼ਨ ਹੋਊਗਾ ਤੇ ਫਿਰ ਉਹੀ ਗੱਲ ਹੋ ਗਈ, ਫਿਰ ਜੋ ਬਾਕੀ ਪਾਰਟੀਆਂ ਇੱਥੋਂ ਦੇ ਲੋਕਾਂ ਨਾਲ ਕਰਦੇ ਰਹੇ, ਜਿਹੜੇ ਲੋਕਾਂ ਦੇ ਹੱਕਾਂ ਨਹੀਂ ਲੜਦੇ ਉਹੀ ਪਾਰਟੀ ਉਹੀ ਕਰਨ ਲੱਗ ਪਈ, ਸਾਨੂੰ ਆਸ ਇਹ ਨਹੀਂ ਹੋਊਗਾ। ਮੈਂ ਫਿਰ ਕਹਿ ਰਿਹਾ ਵਾਂ ਕਿਉਂਕਿ ਮੈਨੂੰ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਖੁਦ ਲੈ ਕੇ ਆਏ ਸੀ। ਮਨੀਸ਼ ਸੋਦੀਆ ਮੈਨੂੰ ਮੇਰੇ ਦਫ਼ਤਰ ਆਏ ਸੀਗੇ ਪਾਰਟੀ ਤੁਸੀਂ ਜੁਆਇਨ ਕਰ ਚੋ, ਸੋ ਉਹ ਸ਼ਖਸ ਇਹਨਾਂ ਨੇ ਕੋਈ ਸਾਡੇ 'ਚ ਕੋਈ ਵੇਖਿਆ ਹੀ ਹੋਊਗਾ, ਔਰ ਜੇ ਵੇਖਿਆ ਹੋਊਗਾ ਤੇ ਅੱਜ ਉਹ ਸਡਨਲੀ ਲੋਕ ਵਿਰੋਧੀ ਕਿਵੇਂ ਹੋ ਸਕਦੇ? ਮੈਨੂੰ ਇਹ ਯਕੀਨ ਨਹੀਂ। ਸਰ ਇੱਕ ਤੁਸੀਂ ਭਾਸ਼ਣ ਦੇ ਵਿੱਚ ਇੱਕ ਹੋਰ ਗੱਲ ਕਹੀ ਸੀ ਕਿ ਵੀ ਜਿਹੜੀ ਆਮ ਆਦਮੀ ਪਾਰਟੀ ਅਸੀਂ ਪੰਜਾਬ ਦੇ ਵਿੱਚ ਆਪਣਾ ਹੱਕ ਆਪ ਲੜਨਾ ਚਾਹੁੰਦੇ ਹਾਂ ਤੇ ਆਪ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਕਿ ਬਾਹਰ ਦੇ ਬੰਦਿਆਂ ਦਾ ਅਸੀਂ ਦਖਲਅੰਦਾਜ਼ੀ ਨਹੀਂ ਦੇਵਾਂਗੇ? ਘਰ ਦੇ ਵਿੱਚ ਫੈਸਲਾ ਕੌਣ ਕਰਦਾ ਵਾ? ਘਰ ਦਾ ਮੁਖੀ ਆਪਣੀ ਵਾਈਫ ਦੇ ਨਾਲ ਬੱਚਿਆਂ ਨਾਲ ਸਲਾਹ ਕਰਕੇ ਕਰਦਾ ਨਾ, ਅਸੀਂ ਵੀ ਇਹੋ ਚਾਹੁੰਦੇ ਹੋਰ ਅਸੀਂ ਕੀ ਚਾਹੁੰਦੇ ਹਾਂ?
ਜੇ ਘਰ ਦਾ ਫੈਸਲਾ ਵਾ ਉਹ ਨਾਲ ਦੇ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਤਾਂ ਨਹੀਂ ਨਾ ਕਹਿੰਦਾ ਵੀ ਘਰ ਦੇ ਵਿੱਚ ਤੁਸੀਂ ਆਹ ਕਰ ਲਓ, ਆਪਣਾ ਫੈਸਲਾ ਆਪ ਹੀ ਕਰਦੇ ਨਾ, ਜੇ ਕਿਸੇ ਨਾਲ ਸਲਾਹ ਕਰਦੇ ਆ ਤਾਂ ਪਿੰਡ ਦੇ ਮੁਖੀ ਨਾਲ ਹੀ ਕਰਦੇ ਆ ਨਾ, ਤਾਂ ਇਹੋ ਹੀ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਹੋਰ ਅਸੀਂ ਕੀ ਚਾਹੁੰਦੇ ਹਾਂ, ਇਹ ਇਹਦੇ 'ਤੇ ਇਤਰਾਜ਼ਯੋਗ ਕੀ ਹੈ?